हाँ जी, सत श्री अकाल सारयां नूं। पीएस टेट कैंडीडेट्स लई खुशखबरी है, जिन्हां ने 2017 दे विच पीएस टेट पेपर नंबर 2 दिता सी। पेपर नंबर 2 जानी कि बीएड वालों का जिहड़ा पेपर आ, उन्हां नूं माणयोग हाई कोर्ट ने एक नंबर जिहड़ा ग्रेस दे विच दे दिता। ਅਤੇ ਜਿਨ੍ਹਾਂ ਦਾ ਇੱਕ ਨੰਬਰ ਕਰਕੇ ਕੰਮ ਰੁਕਿਆ ਹੋਇਆ ਸੀ ਉਹਨਾਂ ਦਾ ਬੇੜਾ ਪਾਰ ਹੋ ਗਿਆ। ਚਲੋ ਥੋੜ੍ਹਾ ਲੇਟ ਹੀ ਸਹੀ, ਪਰ ਇਹ ਮਿਲਿਆ ਤਾਂ ਸੀ। ਅਤੇ ਇਹ ਵਿਭਾਗ ਦੀ ਸਾਈਟ 'ਤੇ ਦਿੱਤਾ ਹੋਇਆ, ਇਹਨੂੰ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਪਬਲਿਕ ਨੋਟਿਸ ਰਿਗਾਰਡਿੰਗ ਰਿਵਾਈਜ਼ਰ ਰਿਜ਼ਲਟ ਆਫ ਪੀ ਐੱਸ ਟੈਟ 2017, ਠੀਕ ਹੈ, ਪੇਪਰ 2। ਅਤੇ ਇਹਨੂੰ ਤੁਸੀਂ ਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ। ਅਤੇ ਤੁਹਾਨੂੰ ਜਿਹੜਾ ਆਫੀਸ਼ੀਅਲ ਨੋਟਿਸ ਆ ਸਰਕਾਰ ਵੱਲੋਂ, ਇਹਦੇ 'ਤੇ ਅਪਲੋਡ ਕੀਤਾ ਗਿਆ, ਇਸ ਤਰ੍ਹਾਂ ਤੁਹਾਡੇ ਸਾਹਮਣੇ ਆ ਜਾਏਗਾ। ਅਤੇ ਇਹ ਰਿਹਾ ਜੀ ਨੋਟਿਸ, ਸਿਵਲ ਰਿਟ ਪਟੀਸ਼ਨ ਨੰਬਰ 21779 ਆਫ 2018 ਟੀਨਾ ਮਹਾਜਨ ਦੇ ਕੇਸ ਵਿੱਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਿਤੀ 10/9/2021 ਦੇ ਹੁਕਮਾਂ ਅਨੁਸਾਰ ਪੀ ਐੱਸ ਟੈਟ 2017 ਦੇ ਪੇਪਰ 2 ਦੇ ਪ੍ਰਸ਼ਨ ਨੰਬਰ 144 ਵਿੱਚ ਇੱਕ ਨੰਬਰ ਦੀ ਗ੍ਰੇਸ ਦਿੰਦੇ ਹੋਏ ਨਤੀਜਾ ਰਿਵਾਈਜ਼ ਕਰ ਦਿੱਤਾ ਗਿਆ। ਅਤੇ ਰਿਵਾਈਜ਼ ਨਤੀਜਾ SSAPunjab.org 'ਤੇ ਅਪਲੋਡ ਕਰ ਦਿੱਤਾ ਗਿਆ, ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਆਫੀਸ਼ੀਅਲ ਨੋਟਿਸ ਹੈ ਜੀ ਇਹ। ਅਤੇ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾ ਕੇ ਤੁਸੀਂ ਇਹਦੀ PDF ਡਾਊਨਲੋਡ ਕਰ ਸਕਦੇ ਹੋ, ਜਿਹੜੀ ਲਿਸਟ ਪਾਈ ਗਈ ਹੈ ਸਾਰੇ ਕੈਂਡੀਡੇਟਸ ਦੀ, ਉਹਦੇ ਵਿੱਚ ਤੁਸੀਂ ਰਿਜ਼ਲਟ ਆਪਣਾ ਨਾਮ ਆਪਣਾ ਚੈੱਕ ਕਰ ਸਕਦੇ ਹੋ। ਅਤੇ PDF ਤੁਸੀਂ ਦੇਖਣ ਦੇ ਲਈ ਨਾ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ। ਟੈਲੀਗ੍ਰਾਮ ਚੈਨਲ ਦਾ ਲਿੰਕ ਆ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦੇ ਦਿੱਤਾ, ਠੀਕ ਹੈ ਜੀ। ਅਤੇ ਸਾਰੇ ਕੈਂਡੀਡੇਟ ਨੂੰ ਵਧਾਈਆਂ। ਅਤੇ ਪੀ ਐੱਸ ਟੈਟ ਵੀ ਜਲਦੀ ਆਉਣ ਵਾਲਾ, 2019 ਵਾਲਾ ਵੀ, 20 ਵਾਲਾ ਵੀ ਰਹਿੰਦਾ, 21 ਵਾਲਾ ਵੀ, ਜਲਦੀ ਹੀ ਉਹਦੇ ਰਿਲੇਟਡ ਤੁਹਾਨੂੰ ਖੁਸ਼ਖਬਰੀ ਲੈ ਕੇ ਤੁਹਾਡੇ ਅੱਗੇ ਆਵਾਂਗੇ। ਅਤੇ ਚੈਨਲ ਨਾਲ ਜੁੜੇ ਰਹੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਧੰਨਵਾਦ ਜੀ।